ਲਓ ਵੀ ਮੁੰਡਿਓ ਆ ਕਰੋ ਚੈੱਕ ਤੁਸੀਂ ਢੇਰ ਅਤੇ ਆਹ ਸੀਗਾ ਪਾਰਸਲ ਦੇ ਵਿੱਚ, ਠੀਕ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਲਓ ਜੀ ਸਵਾਗਤ ਹੈ ਜੀ ਆਪਣੇ ਇੱਕ ਨਵੇਂ ਬਲੌਗ ਦੇ ਵਿੱਚ। ਅਤੇ ਅੱਜ ਨਵਾਂ ਬਲੌਗ ਸ਼ੁਰੂ ਕਰ ਰਿਹਾ ਆਪਣੇ ਨਵੇਂ ਸੈਟਅਪ 'ਚੋਂ, ਜਿਹੜਾ ਕਿ ਤਿਆਰ ਨਹੀਂ ਹੋਇਆ ਹਜੇ। ਅਤੇ ਅੱਜ ਦੇਣਾ ਹੈ ਚੌਥਾ ਦੇਣਾ ਇਹਨੂੰ ਸੈਟਅਪ 'ਤੇ, ਕੰਮ ਚੱਲਦੇ ਨੂੰ 3 ਦਿਨ ਹੋ ਗਏ ਨੇ, ਠੀਕ ਹੈ। ਅਤੇ ਕੰਮ ਕਿੱਥੋਂ ਤੱਕ ਪਹੁੰਚਿਆ ਉਹ ਤੁਹਾਨੂੰ ਵਿਖਾ ਦੇਣਾ, ਅਤੇ ਅੱਜ ਦਾ ਕੀ ਕੰਮ ਹੈ ਉਹਦੇ 'ਤੇ ਕਰ ਦੇਣਾ ਅੱਜ ਫਿਰ, ਠੀਕ ਹੈ। ਨੰਬਰ 1 'ਤੇ ਆਹ ਦੇਖ ਲਓ, ਆਹ ਕੰਧ ਹੋ ਗਈ ਹੈ, ਬੁਰਜੀ ਨਿਕਲ ਗਈ ਹੈ, ਬਸ ਐਡਾ ਕੋ ਗੇਟ ਹੈ, ਹੁਣ 2.5 ਫੁੱਟ ਦਾ ਗੇਟ ਹੈ, ਇੱਧਰੋਂ ਪਲਸਤਰ ਹੋ ਜੂਗਾ, ਠੀਕ ਹੈ। ਅਤੇ ਇੱਧਰ ਕੰਧ ਦਾ ਸੀਨ ਐਵੇਂ ਆ ਕਿ ਕੰਧ ਇੰਨੀ ਉੱਚੀ ਹੋ ਗਈ ਹੈ, ਅਤੇ ਮੈਂ ਸੋਚਣ ਦਿਆਂ ਕਿ ਬਸ ਕਰੀਏ, ਜ਼ਿਆਦਾ ਉੱਚੀ ਜ਼ਿਆਦਾ ਚੱਕਣ ਦੀ ਲੋੜ ਨਹੀਂ ਗੀ ਆਪਾਂ ਨੂੰ, ਹਵਾ ਹਵਾ ਤੋਂ ਇੰਨੀ ਕੁ ਬਚਾ ਦੂਗੀ ਆਰਾਮ ਨਾਲ। ਅਤੇ ਇੱਥੇ ਫਰਸ਼ ਪੈਣਾ, ਇੰਨਾ ਥਾਂ ਪੱਕਾ ਹੋਣਾ, ਇੱਥੋਂ ਤੱਕ ਉਮੀਦ ਹੈ 10 ਕੁ ਫੁੱਟ ਨਾ ਉਹ ਗੇਟ ਤੋਂ ਲੈ ਕੇ ਸਿੱਧਾ ਵੀ ਇੱਦਾਂ, ਹਾਂ ਇੰਨਾ ਪੂਰਾ 10 ਫੁੱਟ। ਅਤੇ ਇਹਨੂੰ ਦੇਖਦੇ ਹਾਂ ਹਾਰਿਆ ਲੈਂਟਰ ਤੱਕ ਪੱਕਾ ਕਰ ਦਿੰਦੇ ਹਾਂ, ਵੀ ਇੱਥੋਂ ਤੱਕ ਮਿੱਟੀ ਚੜਾ ਕੇ ਅਤੇ ਇੰਨਾ ਉੱਤੇ ਫਿਰ ਫਰਸ਼ ਪੈ ਜੂਗਾ, ਠੀਕ ਹੈ। ਆਹ ਥਾਂ ਖਾਲੀ ਕਰਨਾ, ਇੱਥੋਂ ਰੋੜੇ ਰਾੜੇ ਜੇ ਚੱਕਦੇ ਆ ਸਾਰੇ, ਅਤੇ ਆਹ ਜਿੰਨਾ ਵੀ ਹੈਗਾ ਘਾਹ ਘੂ ਪੱਟ ਕੇ ਮਿੱਟੀ ਪੱਧਰੀ ਕਰਨੀ ਹੈ ਇੱਥੋਂ ਤੱਕ ਨਾ, ਪੂਰਾ ਲੈਵਲ ਕੱਢ ਕੇ ਵੀ ਪਾਣੀ ਜਿਹੜਾ ਉਹ ਇੱਧਰ ਨੂੰ ਰੱਖਾਂਗੇ ਜਾਂ ਉੱਧਰ ਨੂੰ ਰੱਖ ਲਵਾਂਗੇ, ਉਹ ਕਰ ਲਵਾਂਗੇ ਆਪਦੇ ਹਿਸਾਬ ਨਾਲ ਸੈਟਿੰਗ ਜੋ ਵੀ ਹੋਊਗਾ, ਠੀਕ ਹੈ। ਅਤੇ ਆਹ ਕੰਮ ਵੈਸੇ ਤਾਂ ਕੱਲ੍ਹ ਹੋਊਗਾ, ਫਰਸ਼ ਵਾਲਾ ਕੰਮ ਅੱਜ ਨਹੀਂ ਕਰਦੇ, ਕੱਲ੍ਹ ਪਊਗਾ ਫਰਸ਼। ਅੱਜ ਜਿਹੜਾ ਕਰਨਾ ਕੰਮ, ਇੱਕ ਤਾਂ ਆਹ ਬਾਹਰ ਵਾਲੀ ਜਿਹੜੀ ਕੰਧ ਹੈ ਇੱਧਰਲੀ, ਇਹਨੂੰ ਕਰਨਾ ਪਲਸਤਰ, ਕਿਉਂ ਕੱਲ੍ਹ ਤਰਾਈ ਕੀਤੀ ਸੀ ਆਪਾਂ, ਅਤੇ ਇਹ ਕੰਧ ਕੱਢਣ ਤੋਂ ਬਾਅਦ ਫਿਰ ਦੇਖਾਂਗੇ ਜਾਂ ਤਾਂ ਆਹ ਕੰਧ ਪਲਸਤਰ ਹੋਜੂ ਜਾਂ ਅੰਦਰਲੀ ਜਿਹੜੀ ਹੈ ਉਹ ਕੰਧ ਪਲਸਤਰ ਹੋਜੂਗੀ, ਠੀਕ ਹੈ। ਅੱਜ ਮੇਨ ਪਲਸਤਰ ਦਾ ਹੀ ਕੰਮ ਹੋਣਾ, ਚਿਨਾਈ ਦਾ ਅਤੇ ਇੱਟਾਂ ਦਾ ਕੋਈ ਕੰਮ ਨਹੀਂ ਗਾ। ਅਤੇ ਮਿਸਤਰੀ ਨੂੰ ਲਾ ਕੇ ਨਾ, ਫਿਰ ਮਿਸਤਰੀ ਨਾਲ 2-3 ਘੰਟੇ ਲਾ ਕੇ ਸਮਾਨ ਸਮੂਨ ਸਾਰਾ ਸਟਾ ਕੇ ਫਿਰ ਆਪਾਂ ਚੱਲਾਂਗੇ ਅੱਲਾਬਾਦ। ਸਮਾਨ ਲੈ ਕੇ ਆਉਂਦੇ ਹਾਂ, ਇੱਕ ਤਾਂ ਲੈ ਕੇ ਆਉਣੀ ਪੈਪ ਇੱਥੇ ਪਾਉਣ ਵਾਸਤੇ, ਉਹ ਪੈਪ ਤੋਂ ਨਾ ਕੰਧ ਦੇ ਵਿੱਚ ਵਾਇਆ ਥੋੜ੍ਹਾ ਜਿਹਾ ਜ਼ਿਆਦਾ ਹੈ, ਅਤੇ ਮੈਂ ਕਿਹਾ ਸ਼ੈੱਡ ਨੂੰ ਸਪੋਰਟ ਦੇਣ ਵਾਸਤੇ ਨਾ ਇੱਥੇ ਇੱਕ ਪੈਪ ਹੋਰ ਪਾ ਦਈਏ, ਕਿਉਂਕਿ ਉੱਤੇ ਆਪਾਂ ਮਿੱਟੀ ਸੁੱਟਣੀ ਹੈ ਇਹਦੇ। ਇੱਕ ਇਹ ਕੰਮ ਕਰਨਾ, ਦੂਜਾ ਨਾ ਉਹ ਫੈਨ ਲੈ ਕੇ ਆਉਂਦੇ ਹਾਂ ਐਗਜੋਸਟ ਵਾਲਾ, ਉਹ ਉੱਥੇ ਗੁੱਠ 'ਚ ਲਾਉਣਾ, ਐਗਜੋਸਟ ਫੈਨ ਵੀ ਹੁਣੇ ਲਾ ਦਈਏ, ਕਟਿੰਗ ਕੁਟਿੰਗ ਜਿਹੜੀ ਹੋਣੀ ਆ ਹੋ ਜਾਵੇ, ਬਾਅਦ 'ਚ ਫਿਰ ਪਲਸਤਰ ਹੋ ਜੂਗੀ, ਠੀਕ ਹੈ। ਬਾਕੀ ਹੋਰ ਵੀ ਸਮਾਨ ਲਿਆਉਣਾ, ਇੱਧਰ ਜਿਹੜੀ ਬਾਉਂਡਰੀ ਕਰਨੀ ਹੈ ਨਾ, ਇੱਧਰ ਕੰਧ 'ਤੇ ਕੱਢਣੀ ਨਹੀਂ ਗੀ, ਅਤੇ ਜਿਹੜਾ ਜਿਹੜਾ ਸਮਾਨ ਯੂਜ਼ ਹੋਣਾ ਬਾਉਂਡਰੀ 'ਚ ਉਹਦਾ ਵੀ ਪਤਾ ਕਰਦੇ ਹਾਂ, ਅਤੇ ਉਹ ਵੀ ਲੈ ਕੇ ਆਉਣਾ, ਠੀਕ ਹੈ। ਆਣੇ ਅੱਜ ਦੇ ਮੌਕੇ ਦੇ ਮਿਸ਼ਨ, ਬਾਕੀ ਚਲੋ ਦੇਖਦੇ ਹਾਂ ਕੀ ਬਣਦਾ। ਅੰਦਰ ਦਾ ਕੰਮ ਅੱਜ ਹੋਣਾ ਨਹੀਂ ਮੇਰੇ ਹਿਸਾਬ ਨਾਲ, ਕੋਈ ਵੀ ਕੰਮ ਨਹੀਂ ਹੋਣਾ ਅੱਜ। ਸਮਾਨ ਹੋ ਸਕਦਾ ਲੈਵਾਂ, ਜਿਹੜਾ ਆਪਾਂ ਇਹਨੂੰ ਉਹ ਕਰਨਾ ਨਾ ਇੰਸੂਲੇਸ਼ਨ ਵਾਲੀ ਸ਼ੀਟ ਜਿਹੜੀ ਹੈ ਉਹ ਹੋ ਸਕਦਾ ਲੈ ਆਈਏ, ਅਤੇ ਫੀਟਿੰਗ ਉਹਦੀ 2 ਦਿਨ ਰੋਕੀ ਹੋਊਗੀ, ਮੈਨੂੰ ਇਹ ਵੀ ਆਹ ਥਾਣਾ ਪਲਸਤਰ ਹੋ ਜੇ ਅਤੇ ਉਦੋਂ ਬਾਅਦ ਹੀ ਕਰਾਂਗੇ ਫੀਟਿੰਗ ਇਹਦੀ। ਬਾਕੀ ਚਲੋ ਦੇਖ ਲੈਂਦੇ ਹਾਂ ਕੀ ਬਣਦਾ, ਅੱਜ ਅੱਲਾਂਬਾਦ ਜਾਵਾਂਗੇ। ਆਹ ਤਰਾਈ ਕੀਤੀ ਸੀ ਨਾ ਕੰਧ 'ਤੇ, ਆਹ ਦੇਖੋ ਸਲਾਬ ਆ ਗਈ ਸਾਰੇ। ਇਹ ਲਪਾਈ ਕਰਨ ਤੋਂ ਬਾਅਦ ਨਾ ਆਪਾਂ ਪੇਂਟ ਵਾਲਾ ਕੰਮ ਜ਼ਰੂਰ ਕਰਨਾ, ਵਾਟਰਪਰੂਫ ਪੇਂਟ ਨਾ ਜਿਹੜਾ ਉਹ ਮਾਰਨਾ, ਕਿਉਂਕਿ 4 ਇੰਚ ਹੀ ਕੰਧ ਹੈ, ਮੀਂਹ ਆਊ ਕਰੂਗਾ ਨਾ ਤਾਂ ਸਲਾਬ ਫੜ ਜੂ ਕਰੂਗੀ, ਅਤੇ ਅੰਦਰ ਜਿਹੜੇ ਫਿਰ ਪੇਂਟ ਹੋਇਆ ਹੋਊਗਾ ਉਹ ਖਰਾਬ ਹੋ ਜੂਗਾ, ਇੱਕ ਕੰਮ ਜ਼ਰੂਰੀ ਕਰਨਾ ਆਪਾਂ। ਬਾਕੀ ਚਲੋ ਦੇਖਦੇ ਹਾਂ, ਫਿਲਹਾਲ ਹੁਣ ਮੈਂ ਸਮਾਨ ਸੁੱਟ ਲਾਂ, ਮਿਸਤਰੀ ਆਉਣ ਹੀ ਵਾਲਾ, 1/2 ਘੰਟਾ ਰਹਿ ਗਿਆ। ਲਓ ਵੀ ਮੁੰਡਿਓ ਸੀਨ ਇੱਦਾਂ, ਟਾਈਮ ਲਗਭਗ 12:30 ਦਾ, ਅਤੇ ਕੰਮ ਚੱਲਣ ਦਿਆ, ਬਾਹਰਲੀ ਸਾਈਡ ਨਾ ਪਲਸਤਰ ਹੋ ਰਹੀਆਂ ਕੰਧਾਂ, ਠੀਕ ਹੈ। ਅਤੇ ਲੀੜੇ ਚੱਕ ਲਿਆ ਮੈਂ, ਆਪਾਂ ਚੱਲੇ ਨਾਣ ਮੋਟਰ 'ਤੇ,
ਉਹ ਦੂਜੀ ਮੋਟਰ ਟੈਂਕੀ ਦਾ ਪਾਣੀ ਬਹੁਤ ਜ਼ਿਆਦਾ ਗਰਮ ਹੋਇਆ ਪਿਆ ਅਤੇ ਹੋ ਵੀ ਲੇਟ ਗਏ ਹਾਂ। ਪਹਿਲਾਂ ਬਾ ਜਾ ਕੇ ਆਉਣਾ, ਥੋੜ੍ਹਾ ਜਿਹਾ ਸਮਾਨ ਲੈ ਕੇ ਆਉਣਾ ਜ਼ਰੂਰੀ। ਅਤੇ ਮੋਟਰਸਾਈਕਲ ਦੀ ਚਾਬੀ ਕਿੱਥੇ ਆ ਭਾਬੀ ਮੁੰਡੇ? ਉਹ ਮੋਟਰ ਚੱਲਣ ਦੀ ਹੈ, ਠੰਡੇ ਠੰਡੇ ਪਾਣੀ 'ਚ ਨਹਾਉਣਾ ਚਾਹੀਏ। ਅਤੇ ਪਹਿਲਾਂ ਗੇਟ ਖੋਲ੍ਹ ਲਈਏ ਆਪਾਂ। ਫੁੱਲ ਜਾ ਸਿਮ ਸਿਮ ਮੰਜਾ ਆ ਰਿਹਾ, ਕੱਪੜੇ ਰੱਖ ਦਈਏ ਇੱਥੇ ਅਤੇ ਆਪਾਂ ਮਾਰੀਏ ਟੁੱਬੀਆਂ ਛੇਤੀ ਛੇਤੀ, ਜ਼ਿਆਦਾ ਟਾਈਮ ਨਹੀਂ ਲਾਉਣਾ, ਛੇਤੀ ਛੇਤੀ ਨਹਾ ਕੇ ਚੱਲੀਏ। ਸਾਡੇ ਉਹ ਮਿੱਕੀ ਲੂਣੀ ਵੀ ਆਉਂਦਾ ਨੇ, ਉਹਨਾਂ ਨੇ ਵੀ ਨਹਾਉਣਾ, ਉਦੋਂ ਪਹਿਲਾਂ ਮੈਂ ਨਹਾ ਲੈਂਦਾ ਵਾਂ, ਬਾਅਦ ਚੋਂ ਨਹਾਉਂਦੇ ਰਹਿਣਗੇ ਉਹ। ਮੁੰਡੇ ਨਹਾਉਣ ਵਾਲਾ ਪ੍ਰੋਗਰਾਮ ਹੋ ਗਿਆ ਡਨ, ਠੀਕ ਹੈ। ਅਤੇ ਉਹ ਆਈਟਮ ਬਾਹਰ ਤੁਹਾਨੂੰ ਵੇਖ ਦਿਓ ਉੱਧਰ। ਲਓ ਵੀ ਮੁੰਡਿਓ ਆਪਾਂ ਹੋ ਗਏ ਜੀ ਰੈਡੀ, ਪਹਿਲਾਂ ਵਾਂ ਜਾਣ ਵਾਸਤੇ ਗੱਡੀ 'ਤੇ ਚੱਲਦੇ ਹਾਂ, ਸਮਾਨ ਲੈ ਕੇ ਆਉਣਾ। ਇੱਕ ਤਾਂ ਮੇਨ ਟਾਇਰ, ਉਸ ਤੋਂ ਇਲਾਵਾ ਮੈਂ ਸੋਚਣ ਦਿਆਂ ਕਿ ਜਿਹੜਾ ਥੱਲੇ ਸ਼ੀਟ ਲਾਉਣੀ ਆ ਇਨਸੂਲੇਸ਼ਨ ਵਾਲੀ, ਉਹ ਵੀ ਲੈ ਆਈਏ ਹੁਣ। ਅਤੇ ਗੱਡੀ ਕੱਢਣ ਵਾਸਤੇ ਪਹਿਲਾਂ ਝੋਟਾ ਕੱਢਣਾ ਪੈਣਾ, ਇਹ ਵੀ ਧੁੱਪੇ ਖੜ੍ਹਾ, ਇਹਦਾ ਵੀ ਥਾਂ ਖੁੱਸ ਗਿਆ ਸਗੋਂ, ਇਹਦੇ ਤੋਂ ਇਹਦੀ ਜਗ੍ਹਾ ਗੱਡੀ ਨੇ ਲੈ ਲਈਏ, ਗੱਡੀ ਦੀ ਜਗ੍ਹਾ ਆਪਾਂ ਮੰਨ ਲਈਏ। ਚਲੋ ਕੋਈ ਨਹੀਂ, ਇਹਦਾ ਵੀ ਕਰਾਂਗੇ ਹੱਲ, ਮੌਕੇ 'ਤੇ ਤਾਂ ਚੱਲ ਕੱਢਣਾ ਹੁੰਦਾ, ਇਸ ਕਰਕੇ ਖਿਲਾਰਿਆ ਹੋਇਆ ਇੱਥੇ ਹੀ, ਨਹੀਂ ਤਾਂ ਇਹਦਾ ਵੀ ਪੱਕਾ ਕੰਮ ਕਰਾਂਗੇ। ਚੱਲ ਵੀ ਝੋਟਿਆ ਰਵਾਨਾ। ਵੈਸੇ ਆਪਣੇ ਇੱਕ ਦੋ ਪਾਰਸਲ ਵੀ ਆਏ ਹੋਏ ਨੇ, ਉਹ ਵੀ ਚੱਕਣੇ ਨੇ ਜ਼ਰੂਰੀ। ਅਤੇ ਆ ਰਹੀ ਆਈਟਮ ਇੱਥੇ, ਮੈਂ ਕਿਹਾ ਤੂੰ ਇੱਥੇ ਨਹਾ ਲੈ ਅਤੇ ਮੈਂ ਆਉਂਦਾ ਵਾਂ। ਆਪਾਂ ਆ ਗਏ ਹਾਂ ਅਤੇ ਇਹ ਹਜੇ ਇੱਥੇ ਖੜ੍ਹਾ, ਆ ਜਾ ਆ ਜਾ ਆ ਜਾ ਛੇਤੀ ਆ ਛੇਤੀ। ਸੀਨ ਇੱਦਾਂ, ਉਹ ਖੜ੍ਹੀ ਰਾਣੀ ਸੁੰਦਰਾ ਬਾਹਰ, ਅਤੇ ਅਸੀਂ ਇੱਥੇ ਵੇਖਣ ਦਿਆ ਸੀ ਪੈਪਾਂ ਪੂਪਾਂ। ਇੱਕ ਤਾਂ ਜਿਹੜੀ ਸਪੋਰਟ 'ਚ ਯੂਜ਼ ਕਰਨੀ ਉਹ ਦੇਖਣ ਦਿਆ ਕਿ ਆਹ ਲਾਈਏ ਕਿ ਗੋਲ ਯੂਜ਼ ਕਰੀਏ, ਬਾਕੀ ਇਨਸੂਲੇਸ਼ਨ ਸ਼ੀਟ ਵੀ ਲੈ ਕੇ ਜਾਣੀ ਇੱਥੋਂ। ਚਾਰ ਹੈ ਪੂਰਾ, ਚਾਰ ਹੈ ਫੁੱਟ ਕਿੰਨਾ ਮੰਨਣਾ ਸੀ? 15 ਮੀਟਰ 'ਚ ਫੁੱਟ ਕਿੰਨੇ ਹੁੰਦੇ ਹੋਵੇ? 15 ਮੀਟਰ 'ਚ ਫੁੱਟ, 3 ਗੁਣਾ ਕਰ ਲੈ, 15 ਨੂੰ 3 ਗੁਣਾ ਕਰ ਲੈ ਯਾਰ, ਸਹੀ ਹੋਊਗਾ ਯਾਰ, ਉਹਨੇ ਲਾ ਤਾਂ ਸਹੀ ਹੋਊਗਾ, ਟੈਨਸ਼ਨ ਨਾ ਲੈ। ਬਸ ਨਿਸ਼ਾਨੀ ਲਾ ਲੈ, ਨਿਸ਼ਾਨੀ ਲੈ ਕੇ ਚੱਲ। ਆ ਜੇ ਸ਼ੀਟ ਐਲੂਮੀਨੀਅਮ ਦੀ, ਵਿੱਚ ਇਹਦੇ ਆ ਹੁੰਦਾ ਬੈ ਬਬਲ, ਦੋਵਾਂ ਪਾਸੇ ਐਲੂਮੀਨੀਅਮ। ਇਹ ਇਨਸੂਲੇਸ਼ਨ ਬਹੁਤ ਵਧੀਆ, ਮੈਂ ਚੈੱਕ ਕੀਤਾ ਰਿਵਿਊ ਵਗੈਰਾ, 10 ਡਿਗਰੀ ਤੱਕ ਨਾ ਟੈਂਪਰੇਚਰ ਦਾ ਫਰਕ ਪਾ ਦਿੰਦੀ ਹੈ, ਅਤੇ 10 ਡਿਗਰੀ ਡਾਊਨ ਕਰ ਦਿੰਦੀ ਟੈਂਪਰੇਚਰ। ਆਹ ਦੇਖ ਲਓ ਇਹਨਾਂ ਨੇ ਕੌਣ ਸਮਝਾਇਆ ਵੀ ਗੱਡੀ 'ਚ ਚੜ੍ਹਨ ਵਾਸਤੇ ਉੱਧਰਲੇ ਪਾਸੇ ਰਾਹ ਹੁੰਦਾ ਹੈ, ਕੰਪਨੀ ਨੇ ਦਿੱਤੀ ਹੋਈ ਹੈ ਵਾਰੀ, ਅਰੇ ਇਹਨੇ ਇੱਧਰੋਂ ਦੀ ਚੜ੍ਹਨਾ ਕਹਿੰਦਾ ਨਾ। ਅਸਲ 'ਚ ਨਾ ਜਗਾੜ ਲਾਇਆ ਹੋਇਆ, ਦੇਖੋ 14 ਪੁੱਟੀ ਪੈਪ ਹੈ, ਅੱਧੀ ਅੱਗੇ ਆ ਅਤੇ ਅੱਧੀ ਆ, ਦੇਖੋ ਬਾਰੀ ਖੋਲ੍ਹ ਕੇ ਬਾਹਰ ਨੂੰ ਕੱਢੀ ਹੋਈ ਹੈ। ਚੀਜ਼ ਸਹੀ ਆ ਨਾ, ਬਸ ਸ਼ੀਸ਼ੇ ਦਾ ਧਿਆਨ ਰੱਖੀ, ਸ਼ੀਸ਼ਾ ਨਾ ਟੁੱਟ ਜੇ, ਇੱਕ ਆਪਾਂ ਮੋੜਨ ਲੱਗਿਆ ਧਿਆਨ ਰੱਖਣਾ ਵੀ ਹੁਣ ਆਪਣੇ ਕੋਲ ਅਲਟੋ ਨਹੀਂ, ਡੱਬੇ ਡੁੱਬੇ ਡਿੱਗ ਜਾਣ, ਨਹੀਂ ਡੱਬੇ ਰਿਹਾ ਹੀ ਨਹੀਂ ਕੋਈ ਪਿੱਛੇ,
ਪਾਰਸਲ ਵਾਲੇ ਕਿੱਥੇ? ਉਹ ਚੱਕ ਹੀ ਲੈ ਯਾਰ, ਅੱਗੇ ਸੁੱਟ ਦੇ ਭਰਾ ਮੈਂ। ਹੁਣ ਮੈਂ ਬਾਹਰ ਕਿਵੇਂ ਨਿਕਲਾਂ? ਨਿਕਲ ਜਾਵਾਂ ਮੈਂ ਚੱਕਦਾ। ਲਵੇ ਮੁੰਡੇ ਉਹ ਸੀਟ ਕਰਨੀ ਪੈ ਗਈ ਚੇਂਜ, ਰਿਸਕ ਲੈ ਕੇ ਮੈਂ ਆਪਦੀ ਜਾਨ ਦਾ ਰਿਸਕ ਲੈ ਕੇ ਇਹਨੂੰ ਗੱਡੀ ਦਿੱਤੀ ਚਲਾਉਣ ਵਾਸਤੇ, ਕਿਉਂਕਿ ਮਜਬੂਰੀ ਸੀਗੀ। ਵਲੌਗ ਨਹੀਂ ਸੀ ਪਬਲਿਕ ਹੋਇਆ, ਭੁੱਲ ਗਿਆ ਸੀ ਮੈਂ, ਅਤੇ ਫਿਰ ਮੈਂ ਇੱਥੇ ਬਹਿ ਕੇ ਦਵਾ ਦਾ ਵਲੌਗ ਕੀਤਾ ਪਬਲਿਕ, ਠੀਕ ਹੈ। ਅਤੇ ਉਸ ਦੇ ਨਾਲ ਇੱਕ ਟੂਲ ਲੈ ਕੇ ਆਏ ਸੀ। ਕਿੱਥੇ ਹੋਏ ਹੋ ਟੂਲ? ਡੱਬੇ 'ਚ। ਆਹ ਦੇਖੋ ਇੰਸੂਲੇਸ਼ਨ ਸ਼ੀਟ ਹੈ ਨਾ ਜਿਹੜੀ, ਇਹ ਉੱਤੇ ਛੱਤ 'ਚ ਲਾਉਣ ਵਾਸਤੇ ਆਪਾਂ ਨੂੰ ਆਹ ਨਟ ਲਾਉਣੇ ਪੈਣਗੇ। ਇਹ ਮੇਰਾ ਐਕਸਪੀਰੀਮੈਂਟ, ਇਹ ਮੇਰਾ ਤਜਰਬਾ ਹੈ, ਐਕਸਪੈਰੀਮੈਂਟ ਕਰਾਂਗੇ। ਅਤੇ ਆਹ ਜਿਹੜੇ ਨਟ ਨੇ ਆਹ ਦੇਖੋ, ਠੀਕ ਹੈ। ਅਤੇ ਇਹਨਾਂ ਨਟਾਂ ਨੂੰ ਕੱਸਣ ਵਾਸਤੇ ਆਹ ਜਿਹੜੀ ਗੋਡੀ ਚਾਹੀਦੀ ਸੀ, ਐਂ ਡਰਿੱਲ 'ਚ ਕੱਸੀ ਜਾਊਗੀ, ਅਤੇ ਇਹਦੇ ਨਾਲ ਸਿਧਾਰ ਪਰ ਮੋਰਾ, ਠੀਕ ਹੈ। ਪੱਥਰ ਵਾਲੀਆਂ ਚਾਦਰਾਂ ਨੇ, ਬਾਕੀ ਦੇਖਦੇ ਹਾਂ ਮੋਰਾ ਕਰਕੇ ਵੀ ਚਾਦਰਾਂ ਭੁਰਦੀਆਂ ਤਾਂ ਨਹੀਂ, ਕੋਈ ਦਿੱਕਤ ਨਹੀਂ ਆਉਂਦੀ। ਬਸ ਵਾਸ਼ਲਾਂ ਦੀ ਦਿੱਕਤ ਹੈ, ਵਾਸ਼ਲਾਂ ਵੱਡੀਆਂ ਲਿਆਉਣੀਆਂ ਸੀ ਅਤੇ ਉਹ ਲਿਆਂਦੀਆਂ ਨਹੀਂ ਆ। ਉਹ ਕੋਈ ਚੱਕਰ ਨਹੀਂ ਆ, ਸਵੇਰੇ ਜਾਵਾਂਗੇ ਅਤੇ ਸਵੇਰੇ ਫੜ ਲੈਣਗੇ ਵਾਸ਼ਲਾਂ, ਠੀਕ ਹੈ। ਬਾਕੀ ਸਾਰਾ ਸਮਾਨ ਲੱਦਿਆ ਹੋਇਆ, ਡਿੱਗੀ ਖੁੱਲ੍ਹੀ ਹੋਈ ਹੈ, ਅਤੇ ਉਹ ਪੱਖਾ ਵੀ ਲੈ ਲਿਆ ਸੀ ਆਪਾਂ, ਅਤੇ ਪਹਿਲਾਂ ਅੱਜ ਜਾ ਕੇ ਨਾ ਪੱਖੇ ਦੀ ਫੀਟਿੰਗ ਕਰਾਂਗੇ, ਕਿਉਂਕਿ ਫਿਰ ਕੰਧ ਪਲਸਤਰ ਕਰਨੀ ਹੈ। ਅਤੇ ਬਸ ਪਹੁੰਚ ਹੀ ਚੱਲਿਆ ਘਰੇ, ਛੇਤੀ ਚੱਲੀਏ, ਕੰਮ ਅਜੇ ਸਾਰੇ ਪੈਣ ਕਰਨ ਵਾਲੇ। ਮਸਾਲਾ ਮਸੂਲਾ ਹਰਲਾ ਕੇ ਦੇਣਾ ਅਜੇ ਮਿਸਤਰੀਆਂ ਨੂੰ, ਦੇਖੋ ਕਿੰਨਾ ਕੰਮ ਨਿਬੇੜਦੇ ਅੱਜ। ਹੌਲੀ ਕਮਾਈ, ਕਿਤੇ ਕੋਈ ਨਾਲ ਟੰਗਿਆ ਹੁੰਦਾ ਹੀ ਪੈਪ ਦੇ। ਰੇਸ ਰੱਖ ਗੱਡੀ, ਏ ਸੀ ਆਉਣ ਹੈ, ਡਰਾਈਵਰ ਹਜੇ ਥੋੜ੍ਹਾ ਜਿਹਾ ਕੱਚਾ ਹੈ, 70% ਡਰਾਈਵਰ ਹੋ ਗਿਆ ਹੈ, ਬਾਕੀ ਅਜੇ 30% ਰਹਿੰਦਾ ਹੈ, ਕੋਈ ਨਹੀਂ ਹੌਲੀ ਹੌਲੀ ਹੋ ਜੂਗਾ। ਲਓ ਵੀ ਮੁੰਡਿਓ ਸਮਾਨ ਪਹੁੰਚ ਚੁੱਕਿਆ ਘਰੇ, ਅਤੇ ਆ ਰਿਹਾ ਆਪਣਾ ਫੈਨ, ਇਹ ਵੀ ਆਪਣਾ ਫੈਨ ਹੈ। ਅੱਛਾ ਕਿੱਧਰ ਹੀ ਹੈਣ ਲੱਗਾ ਸੀ, ਇਹਨੂੰ ਖੋਲ ਤੇ ਦਿੱਤਾ ਹੀ, ਬੰਦ ਕਿਵੇਂ ਹੋ ਪਤਾ? ਉਹ ਯਾਰ ਸਪਰਿੰਗ ਕਾਹਦੇ ਲਈ? ਅੱਛਾ ਤੇ ਉਹਦੇ ਵਾਸਤੇ, ਹਾਂ ਯਾਨੀ ਆ ਡੱਬੇ ਦੇ ਹਿਸਾਬ ਨਾਲ ਕੱਢਣਾ ਪਊ ਆਪਾਂ ਨੂੰ, ਆ ਅੰਦਰ ਰਹੂਗੀ ਏਦਾਂ, ਹਾਂ ਇਹਦਾ ਵੀ ਹੈ ਨਾ ਵੀ ਜਿਵੇਂ ਆ ਹੈ ਆ ਪਿਛਲੀ ਸਾਈਡ, ਉਹ ਜਿਹੜੇ ਸੀ ਉਹ ਖੁੱਲ੍ਹੇ ਹੀ ਸੀਗੇ, ਵੀ ਉਹ 24 ਘੰਟੇ ਖੁੱਲ੍ਹੇ ਹੀ ਰਹਿਣੇ ਨੇ, ਇਹ ਜੋ ਚੱਲੇਗਾ ਹਾਂ ਉਦੋਂ ਹੀ ਖੁੱਲੂਗਾ। ਇਹ ਜੁਗਾੜ ਇੱਧਰ ਲਿਆ, ਇਹਨੂੰ ਵੇਖੇ ਸਹੀ ਲਾਉਣਾ ਕਿੱਥੇ ਆ। ਜਿਵੇਂ ਉੱਤੇ ਜੇ ਕਰਕੇ ਲਾਈਏ ਕਿ ਥੱਲੇ, ਉਹ ਕੈਬ ਜਾ ਤਾਂ ਕੱਢ ਹੀ ਦੇਖ ਕਰੀ। ਕੀ ਹਾਂ ਬਣਾਉਂਦੇ ਮਸਾਲਾ, ਇਹਨੂੰ ਫੜੀ ਹੋਏ ਤੇ ਆਪਾਂ ਨਾ ਦੋਵਾਂ ਪਾਸੇ ਥੋੜ੍ਹਾ ਗੈਪ ਛੱਡਦੇ ਹਾਂ, ਇੱਥੇ ਜੇ ਲਾ ਦਈਏ ਇੱਥੇ ਸੋਹਣਾ ਲੱਗੂਗਾ। ਨਿਸ਼ਾਨੀ ਨਿਸ਼ਾਨ ਵੀ ਲਾਵਾਂਗੇ, ਕਹਿੰਦਾ ਉਹ ਵੀ ਲਿਆਵਾਂਗੇ, ਬੈਲੈਂਸ ਕਰਾਂਗੇ ਇਹਨੂੰ ਪ੍ਰੋਪਰ। ਮਾਰਕਰ ਕਿੱਥੇ ਆ? ਵੱਡਾ ਮਾਰਕਰ, ਮਾਰਕਰ ਲਿਆ ਕੇ ਅਤੇ ਇਹਨੂੰ ਫੇਰ ਕਰਾਂਗੇ, ਇਹਨੂੰ ਰੱਖ ਇੱਕ ਵਾਰੀ, ਪਹਿਲਾਂ ਮਸਾਲਾ ਬਣਾਉਂਦੇ ਹਾਂ ਇੱਥੇ ਰੱਖ ਦੇ ਬਸ, ਹੁਣੇ ਕੋਈ ਫਿਰ ਚਾਹੀਦਾ ਆਪਾਂ ਨੂੰ। ਅਤੇ ਉਸ ਦੇ ਨਾਲ ਹਾਂ ਦੇਖੋ ਇੱਕ ਐਕਸਪੈਰੀਮੈਂਟ ਕਰਨ ਦਿਆ ਸੀ ਮੈਂ, ਅੱਜ ਗਾਰਡ ਜਿਹੜਾ ਲੈ ਕੇ ਆਏ ਹਾਂ, ਮੈਂ ਕਿਹਾ ਮੂਹਰੇ ਕੱਢ ਕੇ ਵੇਖਦੇ ਹਾਂ ਹੁਣੇ ਕੋਈ ਕਰਦੇ ਹਾਂ ਆਪਾਂ ਇਹ ਤਜਰਬਾ ਵੀ। ਫਿਲਹਾਲ ਪਹਿਲਾਂ ਮਸਾਲਾ ਤਿਆਰ ਕਰ ਲਈਏ ਹੁਣ। ਲਓ ਵੀ ਮੁੰਡਿਓ ਨਿਸ਼ਾਨ ਲਾ ਪਿਆ, ਬਸ ਹੁਣ ਕਟਰ ਚਲਾਈਏ ਅਤੇ ਆਹ ਇੱਕ ਕੰਮ ਕਰੀਏ। ਹਾਂ
ਦਿਖਾਈ ਅੱਖਾਂ ਦਿਖਾਈ ਅੱਖਾਂ ਸਵੀਮਿੰਗ ਪੂਲ ਖਿੱਚ ਕੇ ਲੈ ਖਿੱਚ ਕੇ ਭਾਈ ਖਿੱਚ ਕੇ ਲਓ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲਓ ਜੀ ਸਵਾਗਤ ਹੈ ਨਵੇਂ ਵਲੌਗ ਵੇਖਣ ਕੋਲੋਂ ਧੰਨਵਾਦ ਜੀ ਸਾਰਿਆਂ ਦਾ। ਬੋਲਣਾ ਕੀ ਆ ਰਿਹਾ ਤੁਹਾਡੇ ਸਾਹਮਣੇ ਅਸੀਂ ਕਿੱਟ ਅੱਧੀ ਭੰਨਣੀ ਹੈ ਅਤੇ ਉਹ ਵੀ ਸਿਰੇ ਦੀ ਪੱਕੀ ਜਿਹੜੀ ਨਾ ਪੱਖੇ ਵਾਲਿਆਂ ਨੇ ਸਿਰੇ ਦੀ ਪੱਕੀ ਹੇਠ ਸਾਡੇ ਮੱਥੇ ਮਾਰੀ ਹੈ ਕਿ ਇਹਨੂੰ ਭੰਨੋ ਅੱਧ 'ਚੋਂ ਫਿਲਹਾਲ ਤੁਸੀਂ ਦੇਖ ਸਕਦੇ ਸਾਡੇ ਪੂਰਾ ਜੋਰ ਲੱਗਿਆ ਹੋਇਆ ਉਰਲੀ ਸ਼ੈਡ ਵਿਖਾਈ ਸ਼ਕਲ ਲਓ ਵੀ ਮੁੰਡਿਓ ਅੱਧੇ ਕੰਧੇ ਅੱਧੇ ਕੰਧੇ ਅੱਧੇ ਘੰਟੇ ਦੀ ਕੜੀ ਮੁਸ਼ਕਤ ਤੋਂ ਬਾਅਦ ਮਿਹਨਤ ਮੁਸ਼ਕਤ ਤੋਂ ਬਾਅਦ ਆਹ ਸਪੋਰਟ ਲਾ ਦਈਏ ਆਪਾਂ ਪੈਪ ਦੀ ਠੀਕ ਹੈ। ਹੁਣ ਇਹਦੇ ਉੱਤੇ ਜਿੰਨਾ ਮਰਜ਼ੀ ਆਪਾਂ ਵਜਨ ਪਾ ਸਕਦੇ ਹਾਂ ਕੋਈ ਚੱਕਰ ਨਹੀਂ। ਜਿਵੇਂ ਓਕੇ ਦੀ ਰਿਪੋਰਟ ਇੱਧਰ ਵੀ ਖੱਡਾ ਨਿਕਲ ਚੁੱਕਿਆ ਪੱਖੇ ਵਾਸਤੇ ਓਕੇ ਦੀ ਰਿਪੋਰਟ ਨਹੀਂ ਡਰਿੱਲ। ਹੁਣ ਬਸ ਆਹ ਕਰਨਾ ਇੱਕ ਤਜਰਬਾ ਕਿ ਆਪਣੀ ਜਿਹੜੀ ਆਹ ਹੈ ਕੀ ਕਹਿੰਦੇ ਹੁੰਦੇ ਇਹਨੂੰ ਪਲੇਟ ਵੀ ਮੋਰਾ ਕੱਢਿਆ ਪਲੇਟ ਪੱਟਣੀ ਨਹੀਂ ਚਾਹੀਦੀ। ਵੈਸੇ ਮੈਂ ਪਹਿਲਾਂ ਇੱਕ ਵਾਰੀ ਮੋਰਾ ਕੱਢ ਚੁੱਕਿਆ ਇਹ ਸਿਰਫ ਤੁਹਾਨੂੰ ਖਾਉਣ ਵਾਸਤੇ ਮੈਂ ਦੁਬਾਰੇ ਐਕਸਪੈਰੀਮੈਂਟ ਕਰ ਰਿਹਾ ਸਪੈਸ਼ਲ ਪੁੱਠਾ ਗੇਅਰ ਵੱਡਾ ਕਰੀ ਮੁਸ਼ਕਿਲ ਇਹਨੂੰ ਥੱਲੇ ਕਰੀ ਬਸ ਜਿਹੜਾ ਇਹ ਨਟ ਸੀ ਬੜੀ ਵਾਰੀ ਪਹਿਲਾਂ ਕੱਸ ਚੁੱਕੇ ਹਾਂ ਇਸ ਕਰਕੇ ਇਹਦੀਆਂ ਚੂੜੀਆਂ ਹੋ ਗਈਆਂ ਖਰਾਬ। ਚੂੜੀਆਂ ਮਤਲਬ ਇਹਦੇ 'ਚ ਉਹ ਬਣੇ ਹੁੰਦੇ ਨੇ ਜਿਵੇਂ ਡਰਿੱਲ 'ਚ ਹੁੰਦੇ ਨੇ ਨਾ ਆਹ ਦੇਖੋ ਇਹਦੇ ਆਹ ਖਰਾਬ ਹੋ ਗਏ ਨੇ ਅਗਲੇ ਤਾਂ ਬਾਕੀ ਜਮਾਂ ਸਹੀ ਹੈ। ਆ ਇੱਥੇ ਕੱਢਿਆ ਸੀ ਮੋਰਾ ਸੀ ਜਮਾਂ ਓਕੇ ਦੀ ਰਿਪੋਰਟ ਸੀਗਾ ਆਹ ਦੇਖੋ ਜਮਾਂ ਓਕੇ ਦੀ ਰਿਪੋਰਟ ਥੱਲੜੀ ਜਮਾਂ ਸਹੀ ਹੈ ਚੱਲ ਕੁਛ ਨਹੀਂ ਹੁੰਦਾ ਚੱਲ ਜਾਂਦਾ ਇਹਨਾਂ ਕੋਲ ਆਪਾਂ ਨਵਾਂ ਵਰਤਾਂਗੇ ਹਰ ਵਾਰੀ ਨਟ ਠੀਕ ਹੈ। ਇਸ ਚੀਜ਼ ਦਾ ਧਿਆਨ ਰੱਖਣਾ ਆ ਨਟ ਹੀ ਪੁਰਾਣਾ ਬੜੀ ਥਾਵਾਂ 'ਤੇ ਅਸੀਂ ਪੰਗੇ ਲੈ ਕੇ ਵੇਖ ਲੈਂਦੇ ਲੋਹੇ ਨਾਲ ਵੀ ਮੋਰਾ ਕੱਢ ਲਿਆ ਇੱਕ ਦੋ ਵਾਰੀ ਤਾਂ ਇਹ ਸਿਰਫ ਇੱਕ ਵਾਰੀ ਵਾਸਤੇ ਬਣਿਆ ਜਿਹਨੇ ਇੱਕ ਵਾਰੀ ਵੀ ਮੋਰਾ ਕੱਢਣਾ ਹੁੰਦਾ ਉਹਦੇ ਬਾਅਦ ਅੱਗੇ ਦੀ ਧਾਰ ਖਤਮ ਹੋ ਜਾਂਦੀ ਹੈ। ਆਪਣਾ ਅਰਜਨਟਰੇਟਰ ਸਾਡਾ ਇਹ ਸਾਡਾ ਅਰਜਨਟਰੇਟਰ ਐਵੇਂ ਪਾਸੇ ਲਈ ਜਾਣਾ ਲਓ ਵੀ ਮੁੰਡਿਓ ਆਹ ਦੇਖੋ ਨਵਾਂ ਟਾਇਰ ਫਰੈਸ਼ ਨਿਊ ਸੈਕਿੰਡ ਹੈਂਡ ਨਵਾਂ ਟਾਇਰ ਹੈ ਅਤੇ ਲੈ ਕੇ ਆਈ ਆਪਣੀ ਰੇੜੀ ਕੱਲ੍ਹ ਦੀ ਖੜੀ ਹੈ। ਚੱਲ ਬਈ ਮੋੜ ਬੰਬੂ ਕਾਟ ਇਹਨੂੰ ਵੀ ਅੰਦਰ ਕਰਨਾ ਸਗੋਂ ਲਓ ਵੀ ਮੁੰਡਿਓ ਸੀਨ ਇੱਦਾਂ ਕਿ ਆਪਾਂ ਰੇੜੀ ਦੇ ਟਾਇਰ ਚੇਂਜ ਕਰ ਲਏ ਸੀ ਅਤੇ ਰੇੜੀ ਲੈ ਆਏ ਹਾਂ ਅਤੇ ਆਹ ਦੇਖੋ ਪਾਰਸਲ ਆਏ ਸੀ ਆਪਣੇ ਅਤੇ ਪਹਿਲਾਂ ਵੱਧ ਲੈ ਕੇ ਆਏ ਹਾਂ ਪਹਿਲਾਂ ਇਹਨਾਂ ਨੂੰ ਉੱਤੇ ਲੈ ਕੇ ਚੱਲਦੇ ਹਾਂ
ਤੇ ਫਿਰ ਕਰਾਂਗੇ ਨਾਲੇ ਵਲੌਗ ਐਂਡ, ਨਾਲੇ ਦੇਖਦੇ ਹਾਂ ਪਾਰਸਲਾਂ 'ਚ ਕੀ ਕੁਛ ਹੈ। ਅੱਜ ਤਾਂ ਬਿਲਕੁਲ ਹੀ ਨਹੀਂ ਕੰਮ ਹੋਇਆ ਇੱਧਰ, ਮੈਂ ਸੋਚਿਆ ਤਾਂ ਸੀ ਟਰੇਟਰ ਤਿਆਰ ਕਰਾਂਗਾ ਪਰ ਕੰਮ ਜਮਾਂ ਹੀ ਨਹੀਂ ਹੋਇਆ। ਚੱਲਣਾ ਬਾਅਦ ਕਾਫੀ ਟਾਈਮ ਲੱਗ ਗਿਆ, ਸਮਾਨ ਸਮੂਨ ਜਿਹਾ ਲਿਆਉਣਾ ਸੀਗਾ, ਠੀਕ ਹੈ, ਉਦੋਂ ਬਾਅਦ ਥਲੜੇ ਕੰਮ ਹੀ ਨਹੀਂ ਮੁੱਕੇ। ਆਹ ਦੇਖੋ ਸੌਣਾ ਪਹਿਲਾਂ ਇੱਕ ਪਾਰਸਲ ਦੇ ਵਿੱਚ ਕੀ ਆਇਆ ਹੈ, ਆਇਆ ਗੇ ਆਹ ਦੇਖ ਲਓ। ਵੈਸੇ ਦੱਸਣ ਦੀ ਜ਼ਰੂਰਤ ਤਾਂ ਨਹੀਂ ਗੀ ਕੀ ਚੀਜ਼ ਹੈ, ਤੁਸੀਂ ਆਪ ਹੀ ਦੇਖ ਲਓ। ਇਹ ਆ 8mm ਦਾ ਬੈਰਿੰਗ ਵਿਦ ਸਟੈਂਡ, ਠੀਕ ਹੈ, ਇਹਦੇ ਵਿੱਚ ਆਹ ਦੇਖੋ ਇੱਦਾਂ ਦਾ ਸਟੈਂਡ ਬਣਿਆ ਹੁੰਦਾ ਵੀ ਕਿਸੇ ਵੀ ਚੀਜ਼ ਤੈਨੂੰ ਫਿਕਸ ਕਰਨਾ, ਬਸ ਇੱਦਾਂ ਰੱਖੋ ਅਤੇ ਦੋਵਾਂ ਪਾਸੇ ਨਟ ਕੱਸ ਦਿਓ, ਠੀਕ ਹੈ। ਅਤੇ ਇਹ ਮੰਗਵਾਏ ਨੇ ਆਪਣੇ ਨਵੇਂ ਪ੍ਰੋਜੈਕਟ ਵਾਸਤੇ, ਜਿਹੜਾ ਆਪਾਂ ਟਰੈਕਟਰ ਵੱਡਾ ਤਿਆਰ ਕਰਨਾ ਨਾ, ਉਹਦੇ ਵਾਸਤੇ ਮੰਗਵਾਏ ਸੀਗੇ। ਉਹਦੇ ਵਿੱਚ ਆਪਾਂ 8mm ਦੀ ਰੋਡ ਯੂਜ਼ ਕਰਨੀ ਹੈ ਅਤੇ ਪ੍ਰੋਪਰ ਫੁੱਲ ਹੈਵੀ ਟਰੈਕਟਰ ਬਣਾਉਣਾ ਹੈ। ਅਤੇ ਉਹਦਾ ਡਿਜ਼ਾਇਨ ਹਜੇ ਸ਼ੁਰੂ ਤਾਂ ਨਹੀਂ ਕੀਤਾ ਮੈਂ, ਬਾਕੀ ਮੈਂ ਸਮਾਨ ਔਡਰ ਕਰ ਲਿਆ ਸੀਗਾ, ਮੈਂ ਚੱਲ ਸਮਾਨ ਪਹਿਲਾਂ ਮੰਗਾ ਕੇ ਰੱਖੀਏ ਫਿਰ ਹੀ ਡਿਜ਼ਾਇਨ ਹੋਣਾ। ਮੇਨਾ ਬੈਰਿੰਗ ਆ ਗਏ ਨੇ, ਬਾਕੀ ਜਿੱਥੋਂ ਤੱਕ ਮੈਨੂੰ ਲੱਗਦਾ ਹੁਣ ਕਿ ਆਪਣੇ ਨਵੇਂ ਸੈਟਅਪ 'ਚ ਕੰਮ ਸ਼ੁਰੂ ਹੋਊਗਾ, ਹੁਣ ਤਾਂ ਇਹਦੇ 'ਚ ਤਾਂ ਮੁਸ਼ਕਲ ਹੈ ਉਸ ਟਰੈਕਟਰ 'ਤੇ ਕੰਮ ਹੋਣਾ। ਅਤੇ ਉਸ ਤੋਂ ਬਾਅਦ ਹਾਂ, ਨੈਕਸਟ ਪਾਰਸਲ ਆਪਣਾ ਇੱਕ ਸਰਵੋ ਮੰਗਵਾਈ ਸੀ ਮੈਂ ਮੈਟਲ ਗੇਅਰ 'ਚ, ਕਿਉਂਕਿ ਨਾ ਇੱਕ ਜੋਂਡੀਅਰ ਦਾ ਔਡਰ ਆਇਆ ਹੋਇਆ, ਜੋਂਡੀਅਰ ਕਹਿੰਦੇ ਆ ਸਵਰਾਜ ਦਾ ਔਡਰ ਆਇਆ ਹੋਇਆ ਵੱਡਾ ਜਿਹੜਾ ਟਰੈਕਟਰ ਆਪਣਾ, ਠੀਕ ਹੈ, ਉਹ ਰਿਮੋਟ ਲਾ ਕੇ ਅਤੇ ਉਹਦੇ ਵਿੱਚ ਫਿਰ ਆਹ ਸਰਵੋ ਲੱਗਦੀ ਇੱਦਾਂ ਦੀ। ਅਤੇ ਇੱਕ ਤਾਂ ਸਰਵੋ ਮੰਗਵਾਈ ਸੀ ਪਲੱਸ ਆਪਣੇ ਟਰੈਕਟਰਾਂ ਦੇ ਗੇਅਰ ਬੋਕਸ ਆ ਚੁੱਕੇ ਨੇ ਜਿਹੜੇ ਆਪਾਂ ਆਪਣੇ ਟਰੈਕਟਰਾਂ 'ਚ ਯੂਜ਼ ਕਰਦੇ ਹਾਂ ਗੇਅਰ ਬੋਕਸ, ਠੀਕ ਹੈ, ਆਹ ਟਰੈਕਟਰ ਨੇ ਨਾ ਜਿਹੜੇ ਇਹਨਾਂ ਦੇ ਵਿੱਚ ਆਹ ਗੇਅਰ ਬੋਕਸ ਯੂਜ਼ ਹੁੰਦਾ। ਅਤੇ ਆਪਣੇ ਕੋਲ ਨਾ ਇਹ ਗੇਅਰ ਬੋਕਸ ਖਤਮ ਹੋ ਗਏ ਸੀਗੇ ਤਾਂ ਮੈਂ ਕਰੇ ਕੰਮ ਥੋੜ੍ਹਾ ਜਿਹਾ ਸਲੋ ਜਿਹਾ ਕਰਤਾ ਸੀਗਾ, ਬਾਕੀ ਸਟੋਕ ਆ ਗਿਆ ਨਵਾਂ ਅਤੇ ਕੰਟੀਨਿਊ ਕਰਦੇ ਹਾਂ ਕੰਮ, ਬਸ ਇੱਕ ਵਾਰੀ ਸੈਟਅਪ ਵਾਲਾ ਨਿਬੇੜ ਲਈਏ ਫਿਰ ਹੀ ਕਰਾਂਗੇ, ਇੱਕ ਵਾਰੀ ਤੈਨੂੰ ਸਾਂਭ ਕੇ ਰੱਖ ਦਿੰਦੇ ਹਾਂ ਇੱਦਾਂ ਹੀ, ਠੀਕ ਹੈ। ਇੱਕ ਡੱਬੇ 'ਚ ਤਾਂ ਆਹ ਸਮਾਨ ਹੈ, ਇਹਨੂੰ ਇੱਕ ਵਾਰੀ ਰੱਖ ਦਈਏ ਇੱਥੇ ਹੀ। ਅਤੇ ਉਸ ਤੋਂ ਇਲਾਵਾ ਆਹ ਇੱਕ ਡੱਬਾ ਹੋਰ ਹੈ, ਲਓ ਵੀ ਮੁੰਡਿਓ ਆ ਕਰੋ ਚੈੱਕ ਤੁਸੀਂ ਢੇਰ। ਅਤੇ ਆਹ ਸੀਗਾ ਪਾਰਸਲ ਦੇ ਵਿੱਚ, ਠੀਕ ਹੈ, ਦੋ ਪਾਰਸਲ ਸੀ, ਇੱਕ ਪਹਿਲਾਂ ਵਿਖਾਇਆ ਸੀ ਤੁਹਾਨੂੰ ਅਤੇ ਇੱਕ ਉਸ ਤੋਂ ਬਾਅਦ ਹੋਰ ਪਾਰਸਲ ਸੀਗਾ, ਉਹਦੇ ਵਿੱਚ ਵੀ ਮੋਟਰਾਂ ਹੀ ਸੀਗੀਆਂ। ਅਤੇ ਦੋਵੇਂ ਮੋਟਰਾਂ ਨਾ ਅਲੱਗ ਅਲੱਗ ਲੋਕੇਸ਼ਨਾਂ ਤੋਂ ਮੰਗਵਾਈਆਂ ਨੇ ਮੈਂ, ਅਤੇ ਮੋਟਰਾਂ ਦੇ ਵਿੱਚ ਫਰਕ ਦੇਖੋ ਤੁਸੀਂ, ਗੇਅਰਾਂ ਦਾ ਤਾਂ ਕੋਈ ਫਰਕ ਨਹੀਂ ਗਾ ਪਰ ਨਾ ਆ ਤੁਸੀਂ ਵੇਖ ਲਓ ਓਇਲਿੰਗ ਦਾ ਕਿੰਨਾ ਫਰਕ ਹੈ। ਆਹ ਮੋਟਰ 'ਤੇ ਦੇਖੋ ਪੁਰਾਣੀ ਜੀ ਗੰਦੀ ਜੀ ਗਰੀਸ ਲਾਈ ਹੋਈ ਹੈ, ਠੀਕ ਹੈ, ਅਤੇ ਆਹ ਜਿਹੜੀ ਮੋਟਰ ਹੈ ਇਹਦੇ 'ਤੇ ਗਰੀਸ ਲੱਗੀ ਹੋਈ ਹੈ ਪਰ ਨਾ ਵਾਈਟ ਕਲਰ ਦੀ ਹੈ, ਯਾਨੀ ਕਿ ਇਹਦੇ ਨਾਲੋਂ ਕਾਫੀ ਵਧੀਆ ਜਿਹੜੀ ਗਰੀਸ ਇਹਦੇ ਯੂਜ਼ ਕੀਤੀ ਹੈ, ਠੀਕ ਹੈ। ਅਤੇ ਇਹਨਾਂ ਮੋਟਰਾਂ ਦੇ ਪ੍ਰਾਈਸ ਦੇ ਵਿੱਚ ਵੀ ਫਰਕ ਹੈ, ਆਹ ਜਿਹੜੀ ਮੋਟਰ ਹੈ ਇਹਦੇ ਨਾਲੋਂ ਮਹਿੰਗੀ ਹੈ ਥੋੜ੍ਹੀ ਜੀ, ਥੋੜ੍ਹੀ ਜਿਹੀ ਨਹੀਂ ਵਾਹਵਾ ਮਹਿੰਗੀ ਹੈ ਅਸਲ 'ਚ, ਠੀਕ ਹੈ, ਪ੍ਰਾਈਸ ਦਾ ਕਾਫੀ ਡਿਫਰੈਂਸ ਹੈ ਇਹਦੇ ਵਿੱਚ। ਮੇਨ ਚੱਕਰ ਕੀ ਹੋ ਗਿਆ ਸੀਗਾ ਕਿ ਮੋਟਰਾਂ ਆਊਟ ਆਫ ਸਟੋਕ ਹੋ ਗਈਆਂ ਸੀਗੀਆਂ ਇਹ, ਅਤੇ ਮਜਬੂਰੀ ਨੂੰ ਮੈਨੂੰ ਇਹ ਔਡਰ ਕਰਨੀਆਂ ਪਈਆਂ ਦਿੱਲੀਓਂ, ਅਤੇ ਮੇਰੇ ਇੱਕ ਫਰੈਂਡ ਦੇ ਥਰੂ ਮੰਗਾਈਆਂ ਸੀ ਆਹ ਮੋਟਰਾਂ ਮੈਂ ਦਿੱਲੀ ਤੋਂ, ਅਤੇ ਹਾਲਾਂਕਿ ਇਹਦਾ ਪ੍ਰਾਈਜ਼ ਵੀ ਜ਼ਿਆਦਾ ਸੀ ਪਰ ਮਜਬੂਰੀ ਸੀ, ਮੈਂ ਕਿਹਾ ਵੀ ਮੌਕੇ 'ਤੇ ਮਿਲਦੀਆਂ ਤਾਂ ਪਈਆਂ ਨਹੀਂ ਅਤੇ ਆਪਾਂ ਮੰਗਾ ਲਈਏ ਉੱਥੋਂ। ਅਤੇ ਉੱਧਰੋਂ ਮੈਂ ਮੋਟਰਾਂ ਮੰਗਾਈਆਂ, ਔਡਰ ਆਇਆ ਅਤੇ ਉਸ ਦੇ ਨਾਲ ਹੀ ਆਹ ਜਿਹੜੀਆਂ ਮੋਟਰਾਂ ਨੇ ਇਹ ਵੀ ਸਟੋਕ 'ਚ ਆ ਗਈਆਂ ਸੀ ਫਿਰ ਐਮਾਜ਼ੋਨ 'ਤੇ, ਅਤੇ ਉਦੋਂ ਫਿਰ ਮੈਂ ਨਾਲ ਦੀ ਨਾਲ ਐਮਾਜ਼ੋਨ ਤੋਂ ਵੀ ਔਡਰ ਕਰਤੀਆਂ, ਮੈਂ ਕਿਹਾ ਵੀ ਇੱਕ ਵਾਰੀ ਸਟੋਕ ਫੁੱਲ ਕਰ ਲੈਂਦੇ ਹਾਂ ਤਾਂ ਕਿ ਇੱਦਾਂ ਦੀ ਕੋਈ ਦਿੱਕਤ ਦੁਬਾਰੇ ਨਾ ਆਵੇ ਆਪਾਂ ਨੂੰ, ਠੀਕ ਹੈ। ਅਤੇ ਸਟੋਕ ਹੋ ਗਿਆ ਹੁਣ ਫੁੱਲ ਆਪਣੇ ਕੋਲ, ਇਹਨਾਂ ਮੋਟਰਾਂ ਨੂੰ ਹੁਣ ਸਾਂਭ ਕੇ ਰੱਖਦੇ ਹਾਂ ਡੱਬੇ 'ਚ। ਅਤੇ ਮੋਟਰਾਂ ਦਾ ਡੱਬਾ ਆਪਣਾ ਇੱਥੇ ਆ, ਆਹ ਦੇਖੋ ਆਪਣੇ ਕੋਲ ਥੋੜ੍ਹੀਆਂ ਜਿਹੀਆਂ ਮੋਟਰਾਂ ਰਹਿ ਗਈਆਂ ਸੀਗੀਆਂ, ਸਟੋਕ ਖਤਮ ਹੋ ਗਿਆ ਸੀਗਾ, ਆਹ ਦੇਖ ਲਓ। ਅਸਲ 'ਚ ਨਾ ਆਹ ਜਿਹੜੀਆਂ ਮੋਟਰਾਂ ਨੇ ਇਹ ਆ ਸਿੰਗਲ ਸ਼ਾਫਟ, ਆਹ ਦੇਖੋ, ਠੀਕ ਹੈ, ਜ਼ਿਆਦਾਤਰ ਮੋਟਰਾਂ ਆ ਇੱਕ ਦੋ ਪੀਸ ਤਾਂ ਹੈਗੇ ਸੀ ਮੇਰੇ ਕੋਲ, ਇੱਕ ਪੀਸ ਸ਼ਾਇਦ ਹੋਰ ਹੋਵੇ ਆ ਰਿਹਾ, ਹਾਂ ਦੋ ਪੀਸ ਪਏ ਸੀਗੇ ਮੇਰੇ ਕੋਲ, ਬਾਕੀ ਆ ਸਾਰੀਆਂ ਮੋਟਰਾਂ ਨਾ ਸਿੰਗਲ ਸ਼ਾਫਟ ਸੀਗੀਆਂ। ਅਤੇ ਇਹ ਫਿਰ ਯੂਜ਼ ਨਹੀਂ ਹੋ ਸਕਦੀਆਂ ਆਪਣੇ ਟਰੈਕਟਰਾਂ 'ਚ,
ਤੇ ਇਸ ਕਰਕੇ ਆਪਾਂ ਨੂੰ ਡਬਲ ਸ਼ਾਫਟ ਚਾਹੀਦੀਆਂ ਸੀ। ਬਾਕੀ ਆ ਜਿਹੜੀਆਂ ਮੋਟਰਾਂ ਨੇ ਸਿੰਗਲ ਸ਼ਾਫਟ ਵਾਲੀਆਂ, ਇਹਦਾ ਪਲਾਨ ਕੀਤਾ ਹੋਇਆ ਕਿ ਇਹਨਾਂ ਆਪਾਂ ਡਬਲ ਯੂਜ਼ ਕਰਾਂਗੇ ਆਪਣੇ ਟਰੇਟਰਾਂ 'ਚ। ਠੀਕ ਹੈ, ਇਹ ਮੈਂ ਕੁਛ ਕੁ ਟਰੇਟਰ ਤਿਆਰ ਕਰਾਂਗਾ ਜਿਹੜੇ ਡਬਲ ਮੋਟਰਾਂ 'ਚ ਹੋਣਗੇ, ਕਿਉਂਕਿ ਮੈਂ ਡਬਲ ਮੋਟਰਾਂ ਲਾਇਆ ਟਰੇਟਰ 'ਚ ਸਪੇਸ ਨਹੀਂ ਬਚਦੀ ਬਿਲਕੁਲ ਹੀ। ਇਹ ਮੋਟਰਾਂ ਮੇਨਲੀ ਲੱਗਣਗੀਆਂ ਸਵਰਾਜ ਦੇ ਵਿੱਚ। ਠੀਕ ਹੈ, ਸਵਰਾਜ ਦੇ ਵਿੱਚ ਸਪੇਸ ਹੁੰਦੀ ਹੈ, ਅਤੇ ਇਸ ਕਰਕੇ ਇੱਕ ਸਵਰਾਜ ਇੱਦਾਂ ਦਾ ਟਰੇਟਰ ਹੈ ਜਿਹੜਾ ਡਬਲ ਮੋਟਰ 'ਚ ਤਿਆਰ ਹੋ ਜੂਗਾ। ਜਿੱਦਾਂ ਕਿ ਆਹ ਦੇਖੋ, ਆਹ ਇੱਥੇ ਇੱਕ ਐਕਸਲ ਰੈਡੀ ਕੀਤਾ ਹੋਇਆ ਮੈਂ, ਇਹ ਅਸਲ 'ਚ ਨਾ ਸਵਰਾਜ ਦਾ ਹੀ ਐਕਸਲ ਹੈ, ਅਤੇ ਇੱਕ ਸਵਰਾਜ ਰੈਡੀ ਕਰਨਾ ਸੀ ਆਪਾਂ ਛੋਟੀ ਕੈਟੇਗਰੀ ਦਾ, ਅਤੇ ਉਹਦੇ ਵਾਸਤੇ ਮੈਂ ਐਕਸਲ ਤਿਆਰ ਕੀਤਾ ਹੈਗਾ। ਅਤੇ ਹੁਣ ਆਪਾਂ ਇੱਕ ਸਵਰਾਜ ਤਿਆਰ ਕਰਨਾ ਵੱਡੀ ਕੈਟੇਗਰੀ 'ਚ ਔਰ ਰਿਮੋਟ ਯੂਜ਼ ਕਰਕੇ, ਅਤੇ ਉਹਦੇ ਵਾਸਤੇ ਵੀ ਆਹ ਦੇਖੋ ਇੱਕ ਐਕਸਲ ਇੱਥੇ ਰੇਡੀ ਹੈ, ਅਤੇ ਐਡੇ ਚੌੜੇ ਟਾਇਰ ਪੈਣਗੇ ਸਵਰਾਜ ਨੂੰ। ਮੌਕੇ 'ਤੇ ਆਹ 911 ਦੀ ਸ਼ੋਅ ਹੈ, ਕਿਉਂਕਿ ਮੈਂ 911 'ਤੇ ਐਕਸਪੈਰੀਮੈਂਟ ਕਰਨ ਦਿਆ ਸੀ ਡਬਲ ਮੋਟਰ ਲਾਉਣ ਦਾ, ਪਰ 911 'ਤੇ ਕਾਮਯਾਬ ਨਹੀਂ ਹੋਣਾ, ਲੁੱਕ ਵਗੈਰਾ ਸਾਰੀ ਚੇਂਜ ਹੋ ਜਾਂਦੀ ਟਰੇਟਰ ਦੀ। ਇਸ ਕਰਕੇ ਆਪਾਂ ਅੱਗੇ ਤੋਂ ਸਿੰਗਲ ਸ਼ਾਫਟ ਹੀ ਯੂਜ਼ ਕਰਾਂਗੇ, ਡਬਲ ਸ਼ਾਫਟ ਸਿਰਫ ਆਪਣੇ ਸਵਰਾਜ ਦੇ ਵਿੱਚ ਆਊਗੀ, ਹੋਰ ਕਿਸੇ ਟਰੇਟਰ 'ਚ ਨਹੀਂ ਆਉਂਦੀ। ਠੀਕ ਹੈ, ਡਬਲ ਸ਼ਾਫਟ ਮਤਲਬ ਵੀ ਡਬਲ ਮੋਟਰ, ਕੋਈ ਜ਼ਿਆਦਾ ਖਾਸ ਫਰਕ ਨਹੀਂ ਪੈਂਦਾ, ਬਹੁਤ ਜ਼ਿਆਦਾ ਵੀ ਕਿਤੇ ਨਾ ਕਿਤੇ ਚਲੋ ਫਰਕ ਤਾਂ ਪੈਂਦਾ ਹੀ ਹੈ, ਪਰ ਉਹਨਾਂ ਉਹ ਬੈਟਰੀ ਨੂੰ ਵੀ ਇਫੈਕਟ ਕਰਦਾ ਕਿ ਬੈਟਰੀ ਛੇਤੀ ਡਾਊਨ ਹੋ ਜਾਂਦੀ ਹੈ। ਇਸ ਕਰਕੇ ਟਰੇਟਰ ਤਾਂ ਆਪਣੇ ਸਿੰਗਲ ਸ਼ਾਫਟ 'ਚ ਹੀ ਆਉਣਗੇ, ਸਿੰਗਲ ਮੋਟਰ 'ਚ ਸੋਰੀ, ਵੀ ਸਿੰਗਲ ਮੋਟਰ 'ਚ ਆਉਣਗੇ, ਡਬਲ ਮੋਟਰਾਂ 'ਚ ਤਾਂ ਇੱਕ ਸਵਰਾਜ ਤਿਆਰ ਹੋ ਸਕਦਾ ਬਸ। ਠੀਕ ਹੈ, ਬਾਕੀ ਇਨ ਫਿਊਚਰ ਦੇਖਾਂਗਾ ਜੇ ਜਗਾੜ ਲੱਗ ਗਿਆ ਤਾਂ। ਅਨਬੋਕਸਿੰਗ ਕੀਤੀ ਹੋਈ ਹੈ ਮੈਂ, ਕਿਵੇਂ ਦੀ ਚੱਲਦੀ ਹੈ ਉਹ ਤੁਸੀਂ ਸ਼ੋਰਟ ਵੀਡੀਓ ਵੇਖ ਲਓ ਇੱਕ। ਠੀਕ ਹੈ, ਆਊਗੇ ਵੈਸੇ 2-3 ਦਿਨਾਂ ਬਾਅਦ ਹੀ, ਬਾਕੀ ਦੇਖ ਲਿਓ ਜਦੋਂ ਵੀ ਆਊਗੀ। ਅਤੇ ਬਸ ਫਿਰ ਆਹ ਵਲੋਗ ਆਪਾਂ ਕਰਦੇ ਹਾਂ ਇੱਥੇ ਐਂਡ। ਵਲੋਗ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਜਿਹੜੇ ਵੀ ਚੈਨਲ 'ਤੇ ਨਵੇਂ ਨੇ ਸਬਸਕ੍ਰਾਈਬ ਕਰ ਲਿਓ, ਮਿਲਦੇ ਹਾਂ ਨਵੇਂ ਵਲੋਗ 'ਚ। ਅਤੇ ਅੱਜ ਮਿਖਲ ਨੂੰ ਕਿਹਾ ਮੈਂ ਚੈਟ ਕਰਨੀ ਸ਼ੁਰੂ ਕਰ ਦੇ ਵੀ ਟਰਾਲੀਆਂ ਦੇ ਜੇ ਕੋਈ ਔਰਡਰ ਹੈਗੇ ਨੇ, ਪਲੱਸ ਆ ਛੋਟੇ ਟਰੇਟਰਾਂ ਦੇ ਜੇ ਔਰਡਰ ਹੈਗੇ ਨੇ, ਇੱਕ ਦੋ ਫੜ ਲੈ, ਕਿਉਂਕਿ ਟਾਈਮ ਕੱਢ ਕੇ ਨਾ ਆਪਾਂ ਇਹ ਟਰੇਟਰ ਬਣਾਵਾਂਗੇ। ਠੀਕ ਹੈ, ਅਤੇ ਇਸ ਕਰਕੇ ਜੇ ਕਿਸੇ ਨੂੰ ਔਰਡਰ ਕਰਨੇ ਆ ਤਾਂ ਜਾ ਕੇ ਮੈਸੇਜ ਛੱਡ ਸਕਦਾ, ਉਹਦਾ ਤਾਂ ਰਿਪਲਾਈ 2-3 ਦਿਨਾਂ ਬਾਅਦ ਆਵੇ ਜਾਂ ਜ਼ਿਆਦਾ ਵੀ ਟਾਈਮ ਲੱਗ ਸਕਦਾ, ਪਰ ਤੁਸੀਂ ਮੈਸੇਜ ਛੱਡ ਦਿਓ, ਰਿਪਲਾਈ ਆਊਗਾ ਜ਼ਰੂਰ। ਠੀਕ ਹੈ, ਅਤੇ ਚਲੋ ਫਿਰ ਮਿਲਦੇ ਹਾਂ ਨੈਕਸਟ ਵਲੌਗ 'ਚ ਸਵੇਰੇ। ਸਵੇਰੇ ਦੇਖਦੇ ਹਾਂ ਕਿੰਨਾ ਉਹ ਕੰਮ ਨਿਬੜਦਾ ਆਪਣੇ ਨਵੇਂ ਸੈਟਅਪ 'ਚ। ਠੀਕ ਹੈ, ਓਕੇ, ਬਾਏ, ਟਾਟਾ।